ਬਾਬਾ ਸੈਂਦੇ ਖਾਂ, ਖਾਨ ਸਾਹਿਬ ਸੈਂਦੇ ਖਾਂ ਨਾਲ ਮੈਂ ਉਹਨਾਂ ਉੱਤੇ ਮਜ਼ਮੂਨ ਲਿਖਣ ਦੀ ਗੱਲ ਕੀਤੀ ਤਾਂ ਪੁੱਛਿਆ, ਦਾਰੂ ਦੀ ਹਿੱਲਤ ਦਾ ਲਿਖਾਂ ਚਾਹ ਅਤੇ ਗੁੱਸੇ ਦਾ ਨਾ ਹੋ ਸੋ। ਆਖਣ ਲੱਗੇ, ਜ਼ਰੂਰ ਲਿਖੋ, ਹਿੱਲਤ ਕਿਹੜੀ ਅੱਜ ਦੀ ਹੈ, ਨਾਲੇ ਮੈਂ ਕੋਈ ਲੁਕਾਨਾ ਨਿਸ਼ੰਗ ਬੰਦਾ, ਮੈਨੂੰ ਕਿਹੜਾ ਪਰਵਾਹ ਕਿਸੇ ਦੀ। ਖਾਨ ਸਾਹਿਬ ਤੁਸੀਂ ਕਿੱਥੇ ਜੰਮੇ? ਖਬਰੇ ਸਿੰਧ ਸੀ ਕਿ ਪੰਜਾਬ? ਪੱਕਾ ਦੱਸੋ, ਸਿੰਧ ਸਮਝ ਲਓ ਜਾਂ ਪੰਜਾਬ? ਜੰਮਿਆ ਤਾਂ ਮੈਂ ਪੱਕ ਨਾਲ, ਤੁਹਾਨੂੰ ਪੱਕ ਵੀ ਤੁਸਾਂ ਜੰਮੇ। ਖਾਨ ਸਾਹਿਬ ਟਾਹਟਾ ਕਰਕੇ ਹੱਸ ਪਿਆ, ਅਨਪੜ੍ਹਾਂ ਕਿਉਂ ਮਾਹੌਲ ਕਰਦੇ, ਜੰਮਣ ਭੋਇਣ ਦਾ ਨਾ ਪਿਓ ਦੱਸਿਆ ਨਾ ਮੈਂ ਪੁੱਛਿਆ। ਖਾਨ ਸਾਹਿਬ ਦੇ ਆਜ਼ਾਦ ਅਤੇ ਮਨ ਮੌਜੀ ਹੋਵਣ ਦੀ ਜਾਂਚ ਇਹਨਾਂ ਗੱਲਾਂ ਤੋਂ ਹੀ ਹੋ ਜਾਂਦੀ ਹੈ, ਇਹ ਵੀ ਸਮਝ ਆ ਜਾਂਦੀ ਹੈ ਉਹ ਚੰਗੇ ਮਾੜੇ ਦੀ ਪਰਵਾਹ ਨਹੀਂ ਸਨ ਕਰਦੇ। ਜੂਨ 1918 'ਚ ਮੈਂ ਸੰਗੀਤ ਵਿੱਦਿਆ ਲਈ ਗੰਧਰਵ ਮਹਾਂਵਿਦਿਆਲੇ ਭਰਤੀ ਹੋਇਆ। ਸੈਂਡਹਰਸਟ ਰੋਡ ਉੱਤੇ ਵਿਦਿਆਲਾ 3 ਮੰਜ਼ਲੀ ਉਸਾਰੀ ਸੀ, ਹੇਠਾਂ ਸਾਜ਼ ਬਣਾਉਣ ਅਤੇ ਵੇਚਣ ਦੀ ਦੁਕਾਨ ਸੀ। ਉੱਥੇ ਅਕਸਰ ਇੱਕ ਕਾਲੇ ਚੋਲੇ ਵਾਲਾ ਫਕੀਰ ਇੱਕ ਤਾਰਾ ਫੜੀ ਆਇਆ ਕਰਦਾ, ਗਲ ਵਿੱਚ ਹਾਰ ਵੀ ਪਾਏ ਹੁੰਦੇ, ਕੁਰਸੀ 'ਤੇ ਬਹਿ ਜਾਂਦਾ ਅਤੇ ਗਾਉਣ ਲੱਗ ਪੈਂਦਾ। ਪੰਡਿਤ ਬਾਤਖੰਡੇ ਦੇ ਲਕਸ਼ਣ ਗੀਤ ਬੜੇ ਚੱਲੇ ਹੋਏ ਸਨ। ਫਕੀਰ 3-4 ਲਕਸ਼ਣ ਗੀਤ ਗਾਉਂਦਾ, ਸ਼ੁਦਾਈਆਂ ਵਾਕਣ ਹੱਸਦਾ ਅਤੇ ਫਿਰ ਪੁਰਾਣੀਆਂ ਚੀਜ਼ਾਂ ਗਾਉਣ ਲੱਗ ਪਾਉਂਦਾ। ਅਖੀਰ 'ਤੇ ਪੰਡਿਤ ਹੋਰਾਂ ਦੀ ਖੈਰ ਮੇਰ ਪੁੱਛਦਾ ਅਤੇ ਮੁੜ ਜਿੱਧਰੋਂ ਆਇਆ ਹੁੰਦਾ ਉੱਧਰ ਹੀ ਮੂੰਹ ਕਰ ਜਾਂਦਾ। ਉਹ ਕੌਣ ਸੀ, ਕਿੱਥੋਂ ਦਾ ਸੀ ਜਾਂ ਨਾ ਕੀ ਸਾਸੂ, ਸਾਨੂੰ ਕੱਖ ਪਤਾ ਨਹੀਂ ਸੀ। ਅਸੀਂ ਉਹਨੂੰ ਝੱਲਾ ਫਕੀਰ ਆਖਦੇ ਅਤੇ ਟਿਚਕਰਾਂ ਕਰ ਕਰ ਹੱਸਦੇ। ਸਾਡੀ ਮਰਾਠੀ ਉਹਦੇ ਪਿੜ ਪੱਲੇ ਨਾ ਪੈਂਦੀ, ਪਰ ਜਦੋਂ ਅਸੀਂ ਥੱਲੇ ਬਹਿ ਕੇ ਚੁੱਪ ਚਾਣ ਸੁਣਦੇ ਤਾਂ ਬੜਾ ਰਾਜ਼ੀ ਹੁੰਦਾ। ਉਹਦਾ ਆਵਾਜ਼ ਬੜਾ ਤਗੜਾ ਅਤੇ ਕਮਾਇਆ ਹੋਇਆ ਸੀ, ਫਿਰ ਜਿੱਡੇ ਚੱਜ ਨਾਲ ਉਹ ਚੀਜ਼ਾਂ ਗਾਉਂਦਾ ਬੜਾ ਸੋਹਣਾ ਲੱਗਦਾ। ਵਿਦਿਆਲੇ ਦਾ ਹਰ ਬੰਦਾ ਇਹੋ ਆਖਦਾ ਸੀ, ਉੱਨੀ 'ਚ ਅਸੀਂ ਸਾਰੇ ਸ਼ਾਗਿਰਦ ਸਲਾਣਾ ਸੰਗੀਤ ਮੇਲੇ ਦੀਆਂ ਤਿਆਰੀਆਂ 'ਚ ਲੱਗੇ ਹੋਏ ਸਾਂ। ਪੰਡਿਤ ਬਾਲ ਕ੍ਰਿਸ਼ਨ ਬੂਆ ਦੀ ਪ੍ਰਧਾਨਗੀ ਦੀ ਆਸ ਸੀ। ਪ੍ਰਾਰਥਨਾ ਤੋਂ ਪਿੱਛੇ ਅਸੀਂ ਕੁਝ ਲੋਕ ਗੱਪਾਂ ਮਾਰਨ ਹੇਠਾਂ ਦੁਕਾਨ 'ਤੇ ਚਲੇ ਗਏ। ਬੂਹੇ ਵਿੱਚੋਂ ਸਾਨੂੰ ਉਹ ਫਕੀਰ ਬੈਠਾ ਵਿਖਾਲੀ ਦਿੱਤਾ। ਚੇਜ਼ਾ ਲੈਣ ਮਾਰੇ ਅਸੀਂ ਜਾ ਕੇ ਉਹਨੂੰ ਗਾਉਣ ਦਾ ਆਖਣ ਲੱਗੇ। ਉਹ ਮੰਨ ਗਿਆ ਅਤੇ ਗਾਉਣ ਕੱਢਲਾ। ਅਸੀਂ ਉਹਦਾ ਬਖੇੜਾ ਬਣਾਉਣ ਲੱਗ ਪਏ। ਖਬਰੇ ਕਿਹੜੇ ਵੇਲੇ ਪੰਡਿਤ ਵਿਸ਼ਨੂੰ ਡਿਗੰਬਰ ਪੌੜੀਆਂ 'ਤੇ ਆਏ ਸਾਨੂੰ ਪਤਾ ਹੀ ਨਾ ਲੱਗਾ। ਉਹਨਾਂ ਸਾਡੇ ਉੱਚੀ ਉੱਚੀ ਹੱਸਣ ਅਤੇ ਫਕੀਰ ਦੇ ਗਾਵਣ ਦੀ ਆਵਾਜ਼ ਸੁਣੀ ਤਾਂ ਦੁਕਾਨ ਦੇ ਅੰਦਰ ਆ ਲੈ। ਉਹ ਗੁੱਸੇ ਨਾਲ ਸਾਨੂੰ ਝਾੜਦੇ ਆਖਣ ਲੱਗੇ, ਖਾਨ ਸਾਹਿਬ ਸਿੰਧ ਦੇ ਇੱਕ ਬਹੁਤ ਵੱਡੇ ਗਵੱਈਏ ਦੇ ਸਪੁੱਤਰ ਨੇ, ਆਪੋ ਵੀ ਇੱਕ ਬੜੇ ਵੱਡੇ ਕਲਾਕਾਰ ਨੇ। ਇਹਨਾਂ ਦਾ ਨਾਂ ਸੈਂਦੇ ਖਾਂ ਹੈ, ਇਹਨਾਂ ਦਾ ਆਦਰ ਕਰਿਆ ਕਰੋ, ਖਬਰਦਾਰ ਕਿਸੇ ਬੇਅਦਬੀ ਕੀਤੀ ਤੇ। ਪੰਡਿਤ ਜੀ ਇੰਨਾ ਆ ਕੇ ਕੁਰਸੀ 'ਤੇ ਬਹਿ ਗਏ ਅਤੇ ਸੈਂਦੇ ਖਾਂ ਤੋਂ ਵੱਖ ਵੱਖ ਰਾਗਾਂ ਦੇ ਅਸਥਾਈ ਅੰਤਰੇ ਸੁਣਨ ਲੱਗ ਪਏ। ਮੁੜ ਉਹਨਾਂ ਖਾਨ ਸਾਹਿਬ ਨੂੰ ਪੈਸੇ ਦਿੱਤੇ। ਖਾਨ ਸਾਹਿਬ ਦੇ ਚਲੇ ਜਾਣ ਮਗਰੋਂ ਮੈਨੂੰ ਬੜਾ ਝੋਰਾ ਲੱਗਾ, ਐਡੇ ਵੱਡੇ ਕਲਾਕਾਰ ਨਾਲ ਕੂੜਪੁਣਾ ਕਰਦਾ ਰਿਹਾ। ਉਹ ਦਿਨ ਗਿਆ ਅਤੇ ਦੂਜਾ ਆਇਆ, ਮੈਂ ਹਮੇਸ਼ਾ ਉਹਨਾਂ ਦਾ ਆਦਰ ਹੀ ਕੀਤਾ। ਪੰਡਿਤ ਬਾਲ ਕ੍ਰਿਸ਼ਨ ਬੂਆ
ਬੰਬਈ 'ਚ ਹੀ ਸਨ। ਕੁਝ ਮੰਨਦੇ ਹੋਣ ਪਰੋਂ ਉਹ ਵਿਦਿਆਲੇ ਦੀ ਤ੍ਰਿਜੀ ਮੰਜ਼ਲ 'ਤੇ ਇੱਕ ਕਮਰੇ 'ਚ ਲੰਮੇ ਪਏ ਸਨ। ਖਾਨ ਸਾਹਿਬ ਸੈਂਦੇ ਖਾਂ ਉਹਨਾਂ ਦਾ ਪੁੱਛਣ ਆਏ। ਅਸਾਂ ਜਾ ਕੇ ਦੱਸਿਆ ਤਾਂ ਪੰਡਿਤ ਜੀ ਨੇ ਉੱਤੇ ਹੀ ਸੱਦ ਲਿਆ। ਖਾਨ ਸਾਹਿਬ ਆਪਣੀ ਪਛਾਣ ਕਰਾਉਣ ਲੱਗੇ। ਪੰਡਿਤ ਜੀ, ਮੈਂ ਅਮੀਰ ਖਾਨ ਦਾ ਪੁੱਤਰ ਸੈਂਦੇ ਖਾਂ। ਬੂਆ ਸਾਹਿਬ ਅੱਖਾਂ ਮਿਲਟੀ, ਲੰਮੇ ਪੈਰ ਹੈ। ਫਿਰ ਕਹਿਣ ਲੱਗੇ, ਅਮੀਰ ਖਾਨ ਦੀ ਕੋਈ ਚੀਜ਼ ਸੁਣਾਵੇ ਤਾਂ ਉਹਦਾ ਪੁੱਤਰ ਵੀ ਮੰਨ ਲਵਾਂਗੇ। ਖਾਨ ਸਾਹਿਬ ਨੇ ਰਾਗ ਛਾਇਆ ਨੱਟ ਦਾ ਸਗਰੇਵਾ ਰਾਮ ਕਿਰਪਾ ਖਿਆਲ ਗਮਿਆ। ਸਗਰੇਵਾ ਰਾਮ ਕਿਰਪਾ ਖਿਆਲ ਗਮਿਆ। ਬੂਆ ਸਾਹਿਬ ਨੇ ਅੱਖਾਂ ਉਗੇੜ ਕੇ ਬਹੁ ਗੌਹ ਨਾਲ ਉਹਨਾਂ ਨੂੰ ਤੱਕਿਆ ਅਤੇ ਬੋਲੇ, ਆਹੋ ਬਈ, ਗਾਣੇ ਅਤੇ ਮੁਹਾਂਦਰੇ ਦੋਵਾਂ ਸਾਬਤ ਕਰ ਦਿੱਤਾ, ਤੂੰ ਅਮੀਰ ਖਾਨ ਦਾ ਹੀ ਪੁੱਤਰ ਹੈ। ਜਿੰਨਾ ਚਿਰ ਮੈਂ ਇੱਥੇ ਹਾਂ, ਤੇਰੇ ਲਈ ਸਾਰੇ ਬੂਹੇ ਖੁੱਲ੍ਹੇ ਨੇ, ਜਦੋਂ ਜੀ ਚਾਹੇ ਆ ਸਕਣਾ। 1923 'ਚ ਮੇਰੀ ਸਿੱਖਿਆ ਪੂਰੀ ਹੋ ਗਈ। ਮੈਂ ਵਿਦਿਆਲਾ ਛੱਡ ਦਿੱਤਾ। ਕਦੀ ਕਦਾਈਂ ਖਾਨ ਸਾਹਿਬ ਲੰਘਦਿਆਂ ਟੱਪਦਿਆਂ ਟੱਕਰ ਪੈਂਦੇ। ਸਲਾਮ ਚੱਲਣ ਮਗਰੋਂ ਮੇਰੀ ਅਤੇ ਪੰਡਿਤ ਜੀ ਦੀ ਸੁੱਖ ਸਾਂਦ ਪੁੱਛਦੇ ਅਤੇ ਮੁੜ ਆਪਣੇ ਰਾਏ ਪੈ ਜਾਂਦੇ। 1925-26 ਦੀ ਗੱਲ ਏ, ਖਾਨ ਸਾਹਿਬ ਮੈਨੂੰ ਇੱਕ ਗਲੀ 'ਚ ਟੁਰੇ ਜਾਂਦੇ ਮਿਲ ਪਏ। ਮੈਂ ਆਪਣੇ ਨਾਲ ਘਰ ਲੈ ਗਿਆ। ਉਹਨਾਂ ਮੈਨੂੰ ਦਰਜਨੋ ਚੋਖੇ ਅਸਥਾਈ ਅੰਤਰੇ ਸੁਣਾਏ। ਇਹ ਚੀਜ਼ਾਂ ਇੰਨੀਆਂ ਸੋਹਣੀਆਂ ਸਨ, ਮੇਰਾ ਦਿਲ ਆ ਗਿਆ। ਮੈਂ ਖਾਨ ਸਾਹਿਬ ਤੋਂ ਟਿਊਸ਼ਨ 'ਤੇ ਸਿੱਖਣ ਲਈ ਤਿਆਰ ਹੋ ਗਿਆ। ਉਹ ਅੱਛਾ ਕਰਕੇ ਗਏ ਤਾਂ ਪੂਰਾ ਵਰਾ ਮੱਥੇ ਹੀ ਨਾ ਲੱਗੇ। ਮੁੜ ਕੇ ਜੇ ਮਿਲਣ ਵੀ ਤਾਂ ਵਰੇ ਵਿੱਚ ਇੱਕ ਵਾਰੀ। ਉਹ ਵੀ ਇੰਜ ਸਕੂਲ ਆ ਜਾਂਦੇ, ਥੋੜ੍ਹਾ ਬਾਲਾ ਗਾ ਕੇ ਸੁਣਾਉਂਦੇ। ਪੈਸੇ ਧੇਲੇ ਦੀ ਲੋੜ ਹੁੰਦੀ ਤਾਂ ਮੂੰਹੋਂ ਮੰਗ ਲੈਂਦੇ। ਫਿਰ ਅਗਲੇ ਵਰੇ ਉਹਨਾਂ ਦੀ ਸ਼ਕਲ ਦਿਸਦੀ। ਹਰ ਵਾਰੀ ਮੈਂ ਉਹਨਾਂ ਤੋਂ ਸਿੱਖਣ ਦਾ ਤਰਲਾ ਲੈਂਦਾ। ਉਹ ਆਹੋ ਕਰ ਛੱਡਦੇ ਪਰ ਸਿਖਾਵਣ ਵਾਲੇ ਪਾਸੇ ਨਾ ਆਉਂਦੇ। 1941 'ਚ ਸਾਡਾ ਸਕੂਲ ਓਪਰਾ ਹਾਊਸ ਦੇ ਸਾਹਮਣੇ ਚਲਾ ਗਿਆ। ਖਾਨ ਸਾਹਿਬ ਦਾ ਉੱਥੇ ਵੀ ਫੇਰਾ ਟੋਰਾ ਹੋਣ ਲੱਗ ਪਿਆ। ਮੈਂ ਉਹ ਪੁੱਛਣ ਦੱਸਣ ਦਾ ਹੜਾ ਕਰਦਾ। ਉਹ ਉਂਝੇ ਪਹਿਲੇ ਵਾਕਣ ਫੋਕਾ ਉਂਗਾਰਾ ਭਰਦੇ ਅਤੇ ਮੁੜ ਵਰੇ ਛਮਾਈ ਪਰਤਦੇ। ਉਹਨਾਂ ਦਾ ਸਿਖਾਵਣ ਤਾਂ ਦਿਲ ਹੀ ਨਹੀਂ ਸੀ। ਮੈਂ ਵੀ ਰੂਹ ਆਕਰਾ ਕਰ ਲਿਆ, ਨਹੀਂ ਤਾਂ ਨਾ ਸਹੀ, ਐਡੀਆਂ ਚੰਗੀਆਂ ਚੀਜ਼ਾਂ ਸੁਣਨ ਨੂੰ ਤਾਂ ਲੱਭ ਹੀ ਜਾਂਦੀਆਂ ਨੇ। 1942 'ਚ ਮੇਰੇ ਬੇਲੀ ਜਗਨਨਾਥ ਬੂਆ ਪ੍ਰੋਹਤ ਕਿਧਰੇ ਅੱਗੇ ਜਾਂਦੇ ਹੋਏ ਮੈਨੂੰ ਮਿਲਣ ਸਕੂਲ ਆ ਗਏ। ਰੱਬ ਸਬੱਬੀ ਖਾਨ ਸਾਹਿਬ ਵੀ ਉਸੇ ਵੇਲੇ ਕਿਧਰੋਂ ਆਉਣ ਟੁੱਕੇ। ਜਗਨਨਾਥ ਉਹਨਾਂ ਦੇ ਪਿੱਛੇ ਪੈ ਗਏ। ਖਾਨ ਸਾਹਿਬ ਚੰਗੇ ਰਹੁ ਸਨ, ਮੰਨ ਗਏ। ਆਖਣ ਲੱਗੇ, ਦੇਵਧਰ ਸਾਹਿਬ ਮੇਰੀ ਬੜੀ ਇੱਜ਼ਤ ਕਰਦੇ ਨੇ, ਵੇਲੇ ਕੁ ਵੇਲੇ ਮੇਰੇ ਕੰਮ ਵੀ ਆਉਂਦੇ ਨੇ। ਮੈਂ ਇਹਨਾਂ ਨੂੰ ਢਿੱਡੋਂ ਸਿਖਾਉਣਾ ਚਾਹੁੰਦਾ, ਪਰ ਸਾਡੇ ਘਰਾਣੇ ਦਾ ਟੀਚਾ, ਅਸੀਂ ਜਿਵੇਂ ਅਖਵਾਈਏ ਸ਼ਾਗਿਰਦ ਉਂਝ ਹੀ ਆਖੇ। ਸ਼ਾਗਿਰਦਾਂ ਨੂੰ ਮੇਰੇ ਬੋਲ ਅਤੇ ਹਰਕਤਾਂ ਜਾਣੀ ਛੋਟੀਆਂ ਤਾਨਾਂ ਔਖੀਆਂ ਪੈਂਦੀਆਂ। ਮੈਨੂੰ ਖਿੱਝ ਆਉਂਦੀ, ਮੈਂ ਤੱਤਾ ਬੋਲ ਦੇਣਾ। ਹੁਣ ਮੈਂ ਬੁੱਢਾ ਪਿਆ ਹੁੰਦਾ, ਸੱਠਾਂ ਤੋਂ ਟੱਪਿਆ ਖਲਾਂ, ਖਪਨ ਨਹੀਂ ਹੁੰਦਾ, ਇਸ ਲਈ ਕਿਸੇ ਨੂੰ ਨਹੀਂ ਦੱਸਦਾ ਦੇਵਧਰ ਸਾਹਿਬ ਨੂੰ ਮੇਰੀ ਜਿਬ ਦੀ ਕੁੜੱਤਨ ਜਰਨੀ ਪੈਣੀ। ਤਿਆਰ ਨੇ ਤਾਂ ਜ਼ਰੂਰ ਬਰ ਜ਼ਰੂਰ ਸਿਖਾਵਾਂਗਾ। ਖਾਨ ਸਾਹਿਬ ਪੱਗਰ ਕੇ ਰੋਵਣ ਲੱਗ ਪਏ। ਥੋੜ੍ਹੀ ਚੁੱਪ ਮਗਰੋਂ ਕਹਿਣ ਲੱਗੇ, ਚੋਖੇ ਸ਼ਾਗਿਰਦ ਨਹੀਂ ਕੀਤੇ ਮੈਂ, ਜਿਨ੍ਹਾਂ ਦੋ ਚੌਂ ਨੂੰ ਦੱਸਿਆ ਉਹਨਾਂ ਕਦੀ ਭੁੱਲ ਕੇ ਵੀ ਮੇਰਾ ਨਾਂ ਨਹੀਂ ਲਿਆ। ਮੇਰੀਆਂ ਚੀਜ਼ਾਂ ਨੂੰ ਪਿਓ ਚਾਚੇ ਤੋਂ ਲਈਆਂ ਦੱਸਦੇ ਨੇ। ਅਜਿਹਾ ਹਾਂ ਸੜਿਆ ਕਿ ਕਿਸੇ ਨੂੰ ਲਾਗੇ ਨਹੀਂ ਲਾਇਆ ਮੁੜ ਕੇ ਅਨਪੜ੍ਹਾਂ
ਜੋ ਕੁਝ ਹੈ ਮੇਰੇ ਕੋਲ ਸਾਰਾ ਚੇਤਾ ਹੀ ਹੈ। ਸੈਂਕੜੇ ਚੀਜ਼ਾਂ ਆਉਂਦੀਆਂ ਸਨ ਪਰ ਵਰ੍ਹਿਆਂ ਦੀ ਬੇਧਿਆਨੀ ਅਤੇ ਬੇਰਿਆਸਤੀ ਪਾਰੋਂ ਵਿਸਰਦੀਆਂ ਜਾਂਦੀਆਂ। ਲੰਮੀ ਚੁੱਪ ਮਗਰੋਂ ਮੁੜ ਛਿੜ ਪੈ, ਦੇਵਦਾਰ ਸਾਹਿਬ ਤੁਹਾਨੂੰ ਮੇਰਾ ਵਿਸ਼ਵਾਸ ਹੈ, ਪਤਾ ਹੈ ਤੁਸੀਂ ਮੈਨੂੰ ਪਾਗਲੀਆਂ ਸ਼ੁਦਾਈ ਨਹੀਂ ਸਮਝਦੇ, ਤੁਹਾਡੇ ਸ਼ਗਿਰਦ ਵੀ ਮੇਰੀ ਇੱਜ਼ਤ ਕਰਦੇ ਨੇ, ਤਾਂਹੀਓ ਆ ਜਾਣਾ। ਤੁਸੀਂ ਹੋਏ ਵੀ ਸਾਡੇ ਗਵਾਲੀਆਰ ਘਰਾਣੇ ਦੇ, ਕਾਰਾ ਰਿਹਾ ਪਲਕ ਤੋਂ ਰੋਜ਼ ਆਵਾਂਗਾ, ਜੋ ਚਾਹੋਗੇ ਕਰਵਾ ਦਿਆ ਕਰਾਂਗਾ। ਖਾਨ ਸਾਹਿਬ ਆਪਣਾ ਕਾਰਾ ਪੂਰਾ ਕੀਤਾ ਅਤੇ ਅਗਲੀ ਸਵੇਲ ਸਕੂਲੇ ਆ ਗਏ। ਉਨੀ ਦਿਨੀ ਮੈਨੂੰ ਅਛੋਪ ਰਾਗਾਂ ਦੀਆਂ ਚੀਜ਼ਾਂ ਦੀ ਭਾਲ ਰਹਿੰਦੀ ਸੀ, ਮੈਂ ਉਹਨਾਂ ਨੂੰ ਅਜਿਹੀਆਂ ਚੀਜ਼ਾਂ ਕਰਾਵਣ ਦੀ ਫਰਮਾਇਸ਼ ਪਾਈ। ਨਾਲ ਇਹ ਵੀ ਆਖਿਆ ਮੈਂ ਆਪਣੇ ਢੰਗ ਨਾਲ ਚੱਲਣਾ, ਤੁਸੀਂ ਮੈਨੂੰ ਪੂਰੇ ਬੋਲ ਲਿਖਾ ਦਿਓ, ਫਿਰ ਹਰ ਸਤਰ ਸਹਿਜ ਨਾਲ ਪੰਜ ਛੇ ਵਾਰ ਗਮੋ। ਮੈਂ ਨੋਟੇਸ਼ਨ ਕਰ ਲਿਆ ਸਾਂ, ਪੂਰੀ ਹੁੰਦਿਆਂ ਸਾਰ ਮੈਂ ਤੁਹਾਨੂੰ ਗਾ ਕੇ ਸੁਣਾ ਦੇ ਸਾਂ। ਮੈਂ ਯਤਨ ਕਰਸਾਂ ਤੁਹਾਡੇ ਵਾਕਣੀ ਸਾਰੇ ਕੰਨ ਲਾ ਕੇ ਗਾਵਾਂ, ਕਿਤੇ ਕੋਈ ਭੁੱਲ ਚੁੱਕ ਰਹਿ ਜਾਏ ਤਾਂ ਦੱਸਿਆ ਜੀ, ਫਿਰ ਵੀ ਤੁਹਾਨੂੰ ਸੂਤ ਨਾ ਜਾਪੇ ਤਾਂ ਜਿਵੇਂ ਚਾਹੋ ਉਂਝ ਸਿੱਖ ਲੈ ਸਾਂ। ਖਾਨ ਸਾਹਿਬ ਨੋਟੇਸ਼ਨ ਰਾਹੀਂ ਸਿੱਖਣ ਸਿਖਾਉਣ ਨਹੀਂ ਸਨ ਮੰਨਦੇ, ਤਾਂ ਵੀ ਕੋਈ ਉਜ਼ਰ ਨਾ ਕੀਤੋ ਨੇ, ਉਹਨਾਂ ਮੇਰੇ ਆਖੇ ਮੂਜਬ ਹਰ ਸਤਰ ਪੰਜ ਛੇ ਵਾਰ ਦੁਹਰਾਈ। ਉਹਨਾਂ ਜਿਵੇਂ ਜਿਵੇਂ ਆਖਿਆ ਮੈਂ ਸਗਵਾਂ ਉਤਾਰ ਲਿਆ, ਮੁੜ ਗਾਉਂ ਕੇ ਵੀ ਸੁਣਾ ਦਿੱਤਾ। ਮਜਾਲ ਇਹ ਕੋਈ ਸਜਾਵਟ ਜਾਂ ਹਰਕਤ ਵੀ ਖੁੰਜੀ ਹੋਵੇ। ਆਖਣ ਲੱਗੇ ਦਿਓਦਾਰ ਸਾਹਿਬ ਤੁਹਾਨੂੰ ਸਿਖਾਉਣਾ ਤਾਂ ਬੜਾ ਹੀ ਸੌਖਾ ਕੰਮ ਹੈ, ਮੈਂ ਤੁਹਾਡੀ ਇਸ ਲਿਖਾਈ ਨੂੰ ਤਾਂ ਨਹੀਂ ਮੰਨਦਾ, ਪਰ ਇਹ ਵਾਹਵਾ ਚੰਗੀ ਸ਼ੈ, ਸਾਨੂੰ ਤਾਂ ਇੱਕ ਸ਼ੈ ਪਕਾਵਣ 'ਤੇ ਹਫ਼ਤਿਆਂ ਦੇ ਹਫ਼ਤੇ ਲੱਗ ਜਾਂਦੇ ਸਨ, ਤੁਸੀਂ ਸੁਖਾਲੇ 15 ਮਿੰਟਾਂ 'ਚ ਸਿੱਖ ਕੇ ਸੁਣਾ ਵੀ ਦਿੱਤਾ, ਮੈਨੂੰ ਤੁਹਾਡੇ ਨਾਲ ਖਿੱਝਣਾ ਖੱਪਣਾ ਨਾ ਪਾਉਸੀ, ਮੈਂ ਨਿਸ਼ਚਾ ਕਰ ਲਿਆ ਤੁਹਾਨੂੰ ਦੱਸਣ ਦਾ। ਦੱਸੋ ਹੋਰ ਕਿਹੜੀ ਕਿਹੜੀ ਸ਼ੈ ਪੁੱਛਣੀ ਜੀ। ਖਾਨ ਸਾਹਿਬ ਦਾ ਪਿਆਰ ਮੇਰੇ ਨਾਲ ਦਿਨੋਂ ਦਿਨੀ ਵੱਧਦਾ ਗਿਆ, ਜਿਹੜੀਆਂ ਬੰਦਸ਼ਾਂ ਨੂੰ ਤਰਸਦਿਆਂ ਆਹ ਵੇਲਾ ਆ ਗਿਆ ਸੀ, ਹੁਣ ਬਿਨਾਂ ਖੱਜਲ ਖਰਾਬੇ ਦੇ ਮੈਨੂੰ ਲੱਭਣ ਲੱਗ ਪਈਆਂ। ਮੈਂ ਨੋਟੇਸ਼ਨ ਦੀ ਜਿਹੜੀ ਗੱਲ ਦੱਸੀ ਹੈ ਉੱਥੋਂ ਇਹ ਨਾ ਸਮਝਿਆ ਜੇ ਵੀ ਸੰਗੀਤ ਸਿੱਖਿਆ ਦਾ ਸਾਰਾ ਕੰਮ ਹੀ ਇਸ ਨੋਟੇਸ਼ਨ ਰਾਹੀਂ ਹੋ ਜਾਂਦਾ, ਉਹ ਕਾਇੰਜ ਨਹੀਂ। ਨੋਟੇਸ਼ਨ ਦੀ ਜਿਹੜੀ ਵਰਤੋਂ ਕਰਕੇ ਮੈਂ ਖਾਨ ਸਾਹਿਬ ਦਾ ਗਾਣਾ ਗਾ ਲਿਆ, ਉਹਦੇ ਪਿੱਛੇ ਮੇਰੀ ਢੇਰ ਕਾਲਨਾ ਸੀ। ਮੈਂ ਖਾਨ ਸਾਹਿਬ ਦੇ ਗਾਣੇ ਦਾ ਵੀ ਢੇਰ ਜਾਣੂ ਸਾਂ, ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਸ਼ੈਵਾਂ ਦਾ ਮੈਨੂੰ ਪੂਰਾ ਗਿਆਨ ਸੀ। ਦੂਜਾ ਨੋਟੇਸ਼ਨ ਦੇ ਨਾਲ ਨਾਲ ਮੈਂ ਆਪਣੇ ਕੋਡ ਵੀ ਬਣਾਏ ਹੋਏ ਸਨ। ਜਿਨ੍ਹਾਂ ਤੋਂ ਮੈਂ ਲੈ ਦੀਆਂ ਬਾਰੀਕੀਆਂ ਵੀ ਚੇਤੇ ਕਰ ਲੈਂਦਾ, ਨਹੀਂ ਤਾਂ ਨੋਟੇਸ਼ਨ ਭਾਵੇਂ ਲੱਖ ਆਉਂਦੀ ਹੋਵੇ, ਉਸਤਾਦ ਦੀ ਲੋੜ ਹਰ ਪੱਖੋਂ ਹੀ ਰਹਿੰਦੀ। ਬੰਬਈ ਦੇ ਦੂਜੇ ਗਵਈਏ ਖਾਨ ਸਾਹਿਬ ਨੂੰ ਪਾਗਲ ਸ਼ਰਾਬੀ ਅਤੇ ਕੁਲੈਣਾ ਗਵਈਆ ਆਖ ਕੇ ਪਾਸਾ ਵੱਟ ਜਾਂਦੇ ਸਨ। ਮੇਰੀ ਉਹਨਾਂ ਨਾਲ 23-24 ਵਰ੍ਹਿਆਂ ਦੀ ਵਾਕਵੀ ਸੀ, ਮੈਨੂੰ ਅਜਿਹੀ ਕੋਈ ਗੱਲ ਵੀ ਵਿਖਾਲੀ ਨਹੀਂ ਸੀ ਦਿੱਤੀ। ਉਹ ਢੇਰ ਰੋਸ਼ਨ ਦਿਮਾਗ, ਹੁਸ਼ਨਾਕ ਅਤੇ ਖੁੱਲ੍ਹ ਵਾਲੀ ਫਕਰ ਹਸਤੀ ਸਨ। ਵੱਡਿਆਂ ਗਵਈਆਂ ਵਾਕਣ ਉਹਨਾਂ ਦਾ ਵੀ ਆਪਣਾ ਵੱਖਰਾ ਰੌਂ ਸੀ। ਇੱਕ ਸਵੇਰੇ ਸਕੂਲ ਆਏ ਤਾਂ ਪੰਜਾਬਣਾਂ ਵਾਲਾ ਵੱਡਾ ਸਾਰਾ ਝਗੜਾ ਪਾਇਆ ਉਹਨੇ, 2-4 ਦਿਨ ਇੰਝ ਹੀ ਝਗੜੇ 'ਚ ਫਿਰਦੇ ਰਹੇ, ਮੁੜ ਆਏ ਤਾਂ ਪਜਾਮੇ ਨਾਲ ਔਰਤਾਂ ਵਾਲਾ ਹੀ ਚੋਣਦਾਰ ਝੋਲਾ ਗੱਲ ਸਣ। ਮੈਂ ਪੁੱਛਿਆ ਤਾਂ ਆਖਣ ਲੱਗੇ ਧੋਬੀ ਕੱਪੜੇ ਨਹੀਂ ਸਨ ਮੋੜੇ, ਤੋਤਾ ਹੋਰ ਕੱਪੜਾ ਨਹੀਂ ਸੀ, ਸੋਚਿਆ ਇਹੋ ਪਾ ਲੈਂਦੇ ਹਾਂ, ਕਿਸੇ ਜੋ ਆਖਣਾ ਪਿਆ ਆਖ।
ਤੁਹਾਨੂੰ ਉਹਨਾਂ ਦੀ ਹੁਸ਼ਨਾਕੀ ਦਾ ਇੱਕ ਕਿੱਸਾ ਸੁਣਾਉਂਦਾ। ਖਾਨ ਸਾਹਿਬ ਨੂੰ ਕਈਆਂ ਚੀਜ਼ਾਂ ਦੇ ਨਾਂ ਚੇਤੇ ਨਹੀਂ ਸਨ ਰਹੇ, ਕੁਝ ਸ਼ੈਵਾਂ ਵੀ ਵਿੱਚੋਂ ਵਿੱਚੋਂ ਭੁੱਲ ਗਈਆਂ ਸਨ। ਬਥੇਰਾ ਢਿੱਲ ਮਾਰਦੇ ਪਰ ਕੁਝ ਚੇਤੇ ਨਾ ਆਉਂਦਾ। ਇੱਕ ਵਾਰੀ ਉਹਨਾਂ ਮੈਨੂੰ ਲਾਹੌਰੋਂ ਆਪਣੇ ਇੱਕ ਪੁਰਾਣੇ ਬੇਲੀ ਦੇ ਆਉਣ ਦਾ ਦੱਸਿਆ। ਆਖਣ ਲੱਗੇ ਉਹਨੂੰ ਸਾਰੀਆਂ ਸ਼ੈਵਾਂ ਚੇਤੇ ਨੇ ਅਤੇ ਰਾਗਾਂ ਦੇ ਨਾਮ ਹੀ ਆਉਂਦੇ ਨੇ। ਉਹਦੇ ਕੋਲੋਂ ਤੁਹਾਨੂੰ ਸਾਰੀਆਂ ਸ਼ੈਵਾਂ ਪੁਛਾ ਦੇ ਸਾਂ। ਇਹਨਾਂ ਆਖ ਕੇ ਗਏ ਤਾਂ ਪੂਰਾ ਹਫ਼ਤਾ ਹੀ ਨਾ ਬੜੇ। ਕੁਝ ਦਿਨਾਂ ਨੂੰ ਈਦ ਸੀ। ਈਦ ਦੀ ਸਵੇਰੇ ਹੀ ਮੇਰੇ ਵੱਲ ਆ ਗਏ, ਕਹਿਣ ਲੱਗੇ ਅੱਜ ਸ਼ਾਮੀ ਉਸ ਬੇਲੀ ਨੂੰ ਲਿਆ ਸਾਂ, ਤਿਆਰ ਰਿਹਾ ਜੇ। ਸ਼ਾਮੀ ਆਏ ਤਾਂ ਨਾਲ ਉਹ ਬੇਲੀ ਵੀ ਸੀ। ਦੋਵੇਂ ਚੰਗੇ ਰੌਂ ਵਿੱਚ ਸਨ ਈਦ ਕਰਕੇ। ਉਰਾਂ ਪਰਾਂ ਦੀਆਂ ਗੱਲਾਂ ਪਿੱਛੋਂ ਖਾਨ ਸਾਹਿਬ ਨੇ ਗਾਉਣ ਛੋਹ ਲਿਆ। ਆਪਣੇ ਬੇਲੀ ਨੂੰ ਆਖਣ ਲੱਗੇ ਅੱਜ ਇਹੋ ਜਿਹਾ ਗਾਣਾ ਕੌਣ ਗਾਉਂਦਾ। ਲਾਹੌਰੋਂ ਆਏ ਸੱਜਣ ਨੂੰ ਖਾਰ ਆ ਗਏ, ਉਹ ਜੋੜ ਗਾਵਣ ਲੱਗ ਪਿਆ। ਖਾਨ ਸਾਹਿਬ ਨੇ ਉਹਦੇ ਮਗਰੋਂ ਇੱਕ ਹੋਰ ਸ਼ੈ ਛੇੜ ਦਿੱਤੀ। ਸੰਗਤੀ ਨੇ ਉਹਦਾ ਵੀ ਜੋੜ ਗਾ ਕੇ ਸੁਣਾਇਆ ਅਤੇ ਫਿਰ ਉੱਤੋਂ ਉੱਤੇ ਕਈ ਹੋਰ ਸ਼ੈਵਾਂ ਗਾਉਣ ਦਿੱਤੀਆਂ। ਡੇਢ ਘੰਟਾ ਦੋਵਾਂ ਦੀ ਇਹੋ ਕਾਰਗੁਜ਼ਾਰੀ ਚੱਲਦੀ ਰਹੀ। ਉਹਨਾਂ ਜੋ ਕੁਝ ਵੀ ਗਵਿਆ ਮੈਂ ਇੱਕ ਇੱਕ ਹਰਫ ਉਤਾਰ ਲਿਆ। ਅਖੀਰ ਦੋਵੇਂ ਇੱਕ ਦੂਜੇ ਦੀ ਸਲਾਹਣਾ ਕਰਨ ਲੱਗ ਪਏ ਅਤੇ ਉੱਠ ਕੇ ਟੁਰ ਗਏ। ਅਗਲੇ ਦਿਨ ਖਾਨ ਸਾਹਿਬ ਨੇ ਆ ਕੇ ਦੱਸਿਆ ਇਹ ਆਉਂਦਾ ਹੀ ਨਹੀਂ ਸੀ, ਮੈਂ ਪੂਰਾ ਹਫ਼ਤਾ ਇਹਦੇ ਮਗਰ ਲੱਗਾ ਰਿਹਾ। ਕੋਈ ਸ਼ੈ ਸੁਣਾਵਣ ਦਾ ਆਖਦਾ ਅਤੇ ਅੱਗੋਂ ਆਖ ਛੱਡਦਾ, ਭੁੱਲ ਗਈ ਹੋਈ। ਕੱਲ੍ਹ ਦਾਰੂ ਨਾਲ ਗੁੱਟ ਹੋਇਆ ਹੋਇਆ ਸੀ ਤਾਂ ਹੀ ਮੇਰੇ ਛੇੜਖਾਨੀ ਕਰਦਿਆਂ ਆਪਣਾ ਆਪ ਵਸਾਰ ਕੇ ਰਮਾ ਹੋ ਗਿਆ। ਹੁਣ ਮੈਨੂੰ ਸਾਰੀਆਂ ਸ਼ੈਵਾਂ ਸਜਰੀਆਂ ਹੋ ਗਈਆਂ, ਤੁਸੀਂ ਜਿਹੜੀ ਮਰਜ਼ੀ ਪੁੱਛ ਲਓ। ਖਾਨ ਸਾਹਿਬ ਨੇ ਆਪਣੇ ਪਿਓ ਅਮੀਰ ਖਾਨ ਤੋਂ ਸਾਰਾ ਇਲਮ ਕਸਬ ਸਿੱਖਿਆ ਸੀ। ਉਹ ਆਪਣੇ ਮਮੇਰ ਬੰਨੇ ਖਾਨ ਦੇ ਸ਼ਾਗਿਰਦ ਸਨ। ਖਾਨ ਸਾਹਿਬ ਪੀੜ੍ਹੀਆਂ ਦੇ ਗਵੱਈਏ ਸਨ, ਸਾਰੇ ਧੁਰਪਦ ਧਮਾਰ ਗਾਉਂਦੇ ਸਨ। ਬੰਨੇ ਖਾਨ ਦਾ ਵਾਲਦ ਅਤੇ ਚਾਚੇ ਵਾਜਦ ਅਲੀ ਸ਼ਾਹ ਦੇ ਲਖਨਊ ਦਰਬਾਰ ਵਿੱਚ ਹੁੰਦੇ ਸਨ। ਬੰਨੇ ਖਾਂ ਆਪਣੇ ਪਿਓ ਤੋਂ ਹਾਲੇ ਤੁਰਪਤ ਧਮਾਰ ਹੀ ਸਿੱਖਦੇ ਪਏ ਸਨ ਜੋ ਉਹਨਾਂ ਹਸੂ ਹਦੂ ਖਾਂ ਨੂੰ ਸੁਣ ਲਿਆ। ਉਹਨਾਂ ਉੱਤੇ ਖਿਆਲ ਗਾਇਕੀ ਦਾ ਅਜਿਹਾ ਜਾਦੂ ਚੱਲਿਆ ਕਿ ਹਸੂ ਖਾਂ ਦੇ ਮਗਰ ਗਵਾਲੀਆਰ ਟੁਰ ਗਏ। ਬੰਨੇ ਖਾਂ ਸੋਹਣੇ ਸੁਨੱਖੇ ਜੀ ਸਨ। ਹਸੂ ਖਾਂ ਉਹਨਾਂ ਨੂੰ ਆਪਣਾ ਪੁਤਲੇਲਾ ਬੁਲਾਉਣਾ ਚਾਹੁੰਦੇ ਸਨ, ਪਰ ਉਹਨਾਂ ਦਿਨਾਂ ਵਿੱਚ ਹੀ ਹਸੂ ਖਾਂ ਦੇ ਘਰ ਆਪਣਾ ਪੁੱਤਰ ਜੰਮ ਪਿਆ। ਉਹਨਾਂ ਬੰਨੇ ਖਾਂ ਨੂੰ ਖੁਸ਼ਕਿਸਮਤ ਜਾਣਦਿਆਂ ਨੀਅਤ ਅਤੇ ਲਗਨ ਨਾਲ ਸਿਖਾਇਆ, ਫਿਰ ਉਹਨਾਂ ਹੀ ਰਿਸ਼ਤਾ ਲੱਭ ਕੇ ਬੰਨੇ ਖਾਂ ਦਾ ਵਿਆਹ ਵੀ ਕੀਤਾ। ਗਵਾਲੀਅਰ ਦੇ ਲੋਕਾਂ ਵਿੱਚ ਇੰਝ ਹੀ ਮਸ਼ਹੂਰ ਸੀ, ਪਰ ਖਾਨ ਸਾਹਿਬ ਸਹਿੰਦੇ ਖਾਂ ਸਾਰੀ ਕਹਾਣੀ ਹੋਰ ਵੀ ਸੁਣਾਉਂਦੇ ਸਨ। ਬੰਨੇ ਖਾਂ ਜਦੋਂ ਹਸੂ ਹਦੂ ਖਾਂ ਦੇ ਮਗਰ ਗਵਾਲੀਅਰ ਗਏ ਤਾਂ ਉਹ ਦੂਜਿਆਂ ਸ਼ਾਗਿਰਦਾਂ ਦੇ ਨਾਲ ਹੀ ਰਹਿਣ ਲੱਗ ਪਏ। ਕਈ ਵਰੇ ਇੰਝ ਹੀ ਲੰਘ ਗਏ, ਕਿਸੇ ਉਹਨਾਂ ਨੂੰ ਪੁੱਛ ਕੇ ਵੀ ਨਾ ਵੇਖਿਆ। ਇੱਕ ਵਾਰੀ ਹਸੂ ਖਾਂ ਤਾਨਸੈਨ ਦੇ ਉਰਸ 'ਤੇ ਪੈ ਜਾਂਦੇ ਸਨ ਕਿ ਕੜਾਕੇ ਦੀ ਧੁੱਪ ਪਾਰੋਂ ਉਹਨਾਂ ਦੀ ਜੋਗ ਦਾ ਢੱਗਾ ਮਰ ਗਿਆ। ਬੰਨੇ ਖਾਂ ਨਾਲ ਹੀ ਸਨ। ਖਾਨ ਸਾਹਿਬ ਨੇ ਬੰਨੇ ਖਾਂ ਨੂੰ ਨਾਲ ਦੇ ਪਿੰਡੋਂ ਗੱਡੇ ਲਈ ਦੂਜਾ ਢੱਗਾ ਲਿਆਉਣ ਦਾ ਹੁਕਮ ਦਿੱਤਾ। ਉਹ ਆਖਣ ਲੱਗੇ ਹਜ਼ੂਰ ਘਰ ਦਾ ਪਾਲਿਆ ਹੋਇਆ ਢੱਗਾ ਜੂ ਹੈ ਅਤੇ ਫਿਰ ਕੋਈ ਹੋਰ ਲਿਆਉਣ ਦੀ ਕੀ ਲੋੜ ਹੈ। ਮਤਬਲ ਸੀ ਕਿ ਉਹਨਾਂ ਦੇ ਹੁੰਦਿਆਂ ਢੱਗੇ ਦੀ ਕੀ ਲੋੜ ਹੈ। ਹਸੂ ਖਾਂ ਸੁਣ ਕੇ ਬਹੁ ਰਾਜ਼ੀ ਹੋ। ਉਹਨਾਂ ਅਜ਼ਮਾਨ ਲਈ ਬੰਨੇ ਖਾਂ ਨੂੰ ਢੱਗੇ ਦੇ ਨਾਲ ਜੋ ਲਿਆ।
ਇੰਜ 2 ਮੀਲ ਪੱਕੇ ਉਹਨਾਂ ਉਸਤਾਦ ਦਾ ਗੱਡਾ ਛਿੱਕਿਆ। ਖਾਨ ਸਾਹਿਬ ਨੇ ਸ਼ਾਗਿਰਦ ਦਾ ਇਹ ਸਿਦਕ ਵੇਖਿਆ ਤਾਂ ਪੂਰੇ ਦਿਲ ਨਾਲ ਉਹਨਾਂ ਨੂੰ ਗਾਣਾ ਸਿਖਾਇਆ। ਕੁਝ ਵਰ੍ਹਿਆਂ ਵਿੱਚ ਹੀ ਬੰਨੇ ਖਾਂ ਕਸਬੀ ਗਵੱਈਏ ਬਣ ਗਏ। ਪੂਰੇ ਪੰਜਾਬ ਵਿੱਚ ਉਹਨਾਂ ਦੀਆਂ ਧੁੰਮਾਂ ਪੈ ਗਈਆਂ ਅਤੇ ਲੋਕ ਉਹਨਾਂ ਤੋਂ ਗਾਣਾ ਸਿੱਖਣ ਲਈ ਦੂਰੋਂ ਦੂਰੋਂ ਆਉਣ ਲੱਗ ਪਏ। ਹਰ ਕੋਈ ਉਹਨਾਂ ਨੂੰ ਖਾਨ ਸਾਹਿਬ ਬੰਨੇ ਖਾਂ ਕਰਕੇ ਬੁਲਾਉਂਦਾ। ਉਹ ਨਿਜ਼ਾਮ ਹੈਦਰਾਬਾਦ ਦੇ ਦਰਬਾਰ 'ਚ 300 ਰੁਪਏ ਮਹੀਨੇ 'ਤੇ ਨੌਕਰ ਹੋ ਗਏ ਅਤੇ ਸਾਰੀ ਉਮਰ ਉੱਥੇ ਹੀ ਕੱਟ ਛੱਡੀ। ਬੰਨੇ ਖਾਂ ਨੇ ਆਪਣੇ ਮਾਮੇ ਦੇ ਪੁੱਤਰ ਅਮੀਰ ਖਾਨ ਗੰਡਾ ਬੰਨ ਕੇ ਬੜੇ ਪ੍ਰੇਮ ਨਾਲ ਦੱਸਿਆ। ਅਮੀਰ ਖਾਂ ਵੀ ਵਜਰੀ ਗਵੱਈਏ ਹੋਏ, ਉਹ ਰਹਿੰਦੇ ਵੀ ਬੰਨੇ ਖਾਂ ਦੇ ਨਾਲ ਹੀ ਸਨ। ਅਮੀਰ ਖਾਂ ਨੂੰ ਖਬਰ ਹੋਈ ਗਵਾਲੀਅਰ ਘਰਾਣੇ ਦੇ ਪੰਡਿਤ ਬਾਲ ਕ੍ਰਿਸ਼ਨ ਬੂਆ ਮਿਰਾਜ ਚਲੇ ਗਏ ਤਾਂ ਉਹਨਾਂ ਪੰਡਿਤ ਹੋਰਾਂ ਨੂੰ ਮਿਲਣ ਦੀ ਤਾਰੀ। 1990-91 ਵਿੱਚ ਹੈਦਰਾਬਾਦ ਦੱਖਣ ਤੋਂ ਪੰਜਾਬ ਆਉਂਦਿਆਂ ਮਿਰਾਜ ਵਿੱਚ 6 ਮਹੀਨੇ ਟਿਕ ਗਏ। ਸੈਂਦੇ ਖਾਨ ਦੇ ਦੱਸਣ ਮੁਜਬ ਅਮੀਰ ਖਾਨ ਨੇ ਬੂਆ ਸਾਹਿਬ ਦੀ ਇਜਾਜ਼ਤ ਨਾਲ ਉਹਨਾਂ ਦੇ ਸ਼ਾਗਿਰਦਾਂ ਨੂੰ ਆਪਣੇ ਘਰਾਣੇ ਦੀਆਂ 25-26 ਚੀਜ਼ਾਂ ਚੇਤੇ ਕਰਾਈਆਂ। ਇੱਥੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਘਰਾਣੇ ਦੀਆਂ ਕੁਝ ਚੀਜ਼ਾਂ ਕਿਵੇਂ ਬਾਲ ਕ੍ਰਿਸ਼ਨ ਬੂਆ ਘਰਾਣੇ ਦੀ ਗਾਇਕੀ ਦਾ ਅੰਗ ਬਣੀਆਂ। ਬੂਆ ਸਾਹਿਬ ਦੇ ਪੰਡਿਤ ਕ੍ਰਿਸ਼ਨ ਜੀ ਹਰਲੀਕਰ ਅਤੇ ਪੰਡਿਤ ਅਨੰਤ ਮਨੋਹਰ ਜੈ ਸ਼ਾਗਿਰਦਾਂ ਵੀ ਮੰਨੇ ਹੈ ਸੈਂਦੇ ਖਾਂ ਦੀ ਗੱਲ ਸੱਚੀ।